ਕਿ ਜੋ ਕਾਂਗਰਸ ਨੇ ਆ ਪਿਛਲੇ 2 ਸਾਲਾਂ ਦੇ ਵਿੱਚ ਕੀਤਾ ਹੈ, ਕਰਪਸ਼ਨ ਪੱਖੋਂ, ਜਾਤੀਆਂ ਪੱਖੋਂ, ਧੱਕਾ ਕਰਨ ਪੱਖੋਂ, ਅੱਜ ਲੋਕ ਕਾਂਗਰਸ ਤੋਂ ਬਹੁਤ ਤੰਗ ਆਏ ਹੋਏ। ਕਾਂਗਰਸ ਸਰਕਾਰ ਨੇ ਲਾਲਚ ਐਡੇ ਵੱਡੇ ਦੇ ਤੇ, ਜੇ ਮੈਂ ਵੀ ਹੋਵਾਂ ਸ਼ਾਇਦ ਮੈਂ ਵੀ ਅੱਗੇ ਉੱਥੇ ਪਿਘਲ ਜਾਂ। ਇਹ ਤਾਂ ਕੈਪਟਨ ਸਾਹਿਬ ਦਾ ਐਡੇ ਵੱਡੇ ਵਿਸ਼ਵਾਸ ਦੇ ਨਾਲ ਕਹਿਣਾ ਅਤੇ ਸਹੁੰ ਖਾ ਕੇ ਕਹਿਣਾ ਲੋਕਾਂ ਨੇ ਵਿਸ਼ਵਾਸ ਕਰ ਲਿਆ। ਉਹ ਇੱਕ ਵਾਰ ਤਾਂ ਲੋਕ ਗੱਲਾਂ 'ਚ ਆ ਜਾਂਦੇ ਨੇ, ਰੋਜ਼ ਥੋੜ੍ਹੋ ਗੱਲਾਂ ਦੇ ਵਿੱਚ ਆਉਂਦੇ ਨੇ। ਕਰਪਸ਼ਨ ਤੋਂ ਵੱਡੀ ਗੱਲ ਇਹਨਾਂ ਕੋਲ ਹੋਰ ਕੋਈ ਹੈ ਨਹੀਂ। ਗੁਰੂ ਮਹਾਰਾਜ ਦਾ ਵੋਟ ਆਸਲਾ ਇਹ ਕਹਿਣਾ ਕਿ ਇਹ ਲਾਜ਼ਮੀ ਸਾਡੀ ਜਿੱਤ ਹੋਊਗੀ। ਆਗਾਮੀ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਨਾਲ ਗਰਮਾ ਚੁੱਕਿਆ। ਵੱਖ ਵੱਖ ਪਾਰਟੀਆਂ ਵੱਲੋਂ ਆਪਣੀ ਦਾਅਵੇਦਾਰੀ ਪੇਸ਼ ਕੀਤੀ ਜਾ ਰਹੀ ਹੈ। ਕਿਸ ਦੇ ਸਿਰ 'ਤੇ ਜਿੱਤ ਦਾ ਤਾਜ ਸੱਜਦਾ ਹੈ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਜੇ ਸੂਤਰਾਂ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪਟਿਆਲਾ ਸੀਟ ਹੈ ਉਹ ਤਕਰੀਬਨ ਸੁਰਜੀਤ ਸਿੰਘ ਰੱਖੜਾ ਨੂੰ ਮਿਲ ਸਕਦੀ ਹੈ। ਸਾਡੇ ਨਾਲ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਮੌਜੂਦ ਨੇ, ਅਸੀਂ ਉਹਨਾਂ ਤੋਂ ਹੀ ਜਾਣਾਂਗੇ। ਰੱਖੜਾ ਸਾਹਿਬ, ਕਿਹੋ ਜਿਹੀ ਤਿਆਰੀ ਹੈ ਤੁਹਾਡੀ ਲੋਕ ਸਭਾ ਚੋਣਾਂ ਨੂੰ ਲੈ ਕੇ? ਦੇਖੋ, ਹਮੇਸ਼ਾ ਪਰਮਾਤਮਾ ਦਾ ਵੋਟ ਆਸਰਾ ਲੈ ਕੇ ਚੱਲਣਾ ਚਾਹੀਦਾ। ਉਹਦੇ ਗੁਰੂ ਤੋਂ ਵੋਟ ਆਸਰਾ ਲੈ ਕੇ ਚੱਲਦੇ ਹਾਂ ਤਾਂ ਪਰਮਾਤਮਾ ਜਿੱਤ ਵੀ ਬਖਸ਼ਿਸ਼ ਕਰਦਾ ਹੈ। ਜਿਹੜੀ ਸਾਡਾ ਸ਼੍ਰੋਮਣੀ ਅਕਾਲੀ ਦਲ ਹੈ ਅਤੇ ਭਾਰਤੀ ਜਨਤਾ ਪਾਰਟੀ ਹੈ, ਦੋਹਾਂ ਦਾ ਬਹੁਤ ਵੱਡਾ ਨੇੜਤਾ ਹੈ ਅਤੇ ਵਿਸ਼ਵਾਸ ਹੈ ਇੱਕ ਦੂਜੇ ਦੇ ਉੱਤੇ। ਆਹ ਡਿਸਿਪਲਿਨਡ ਪਾਰਟੀਆਂ ਨੇ, ਜੋ ਵੀ ਹਾਈ ਕਮਾਂਡ ਫੈਸਲਾ ਕਰੂਗੀ ਸਾਰਾ ਜ਼ਿਲ੍ਹਾ ਉਹਦੇ ਉੱਤੇ ਫੁੱਲ ਚੜਾਊਗਾ। ਔਰ ਮੈਂ ਤੁਹਾਨੂੰ ਵਿਸ਼ਵਾਸ ਨਾਲ ਕਹਿਣਾ ਕਿ ਜੋ ਕਾਂਗਰਸ ਨੇ ਆ ਪਿਛਲੇ 2 ਸਾਲਾਂ ਦੇ ਵਿੱਚ ਕੀਤਾ ਹੈ, ਕਰਪਸ਼ਨ ਪੱਖੋਂ, ਜਾਤੀਆਂ ਪੱਖੋਂ, ਧੱਕਾ ਕਰਨ ਪੱਖੋਂ, ਅੱਜ ਲੋਕ ਕਾਂਗਰਸ ਤੋਂ ਬਹੁਤ ਤੰਗ ਆਏ ਹੋਏ ਨੇ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਬਹੁਤ ਵੱਡੀ ਜਿੱਤ ਹੁੰਦੀ ਹੈ। ਔਰ ਮੈਂ ਸਮਝਦਾ ਕਿ ਮੇਰੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ, ਕਿਉਂਕਿ ਮੈਨੂੰ ਮੇਰੇ 'ਤੇ ਵਿਸ਼ਵਾਸ ਪ੍ਰਗਟ ਕੀਤਾ ਹੈ, ਮੈਨੂੰ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ। ਕੈਂਡੀਡੇਟ ਕੋਈ ਵੀ ਹੋਵੇ ਤਾਂ ਮੇਰੀ ਡਿਊਟੀ ਬਣ ਜਾ ਕਿ ਮੈਂ ਕੈਂਡੀਡੇਟ ਨੂੰ ਜਿਤਾ ਕੇ ਦੇਵਾਂ। ਔਰ ਮੈਂ ਵਿਸ਼ਵਾਸ ਨਾਲ ਕਹਿਣਾ ਗੁਰੂ ਮਹਾਰਾਜ ਦਾ ਵੋਟ ਆਸਲਾ ਇਹ ਕਹਿਣਾ ਕਿ ਇਹ ਲਾਜ਼ਮੀ ਸਾਡੀ ਜਿੱਤ ਹੋਊਗੀ। ਜੇਕਰ ਏਜੰਡੇ ਦੀ ਗੱਲ ਕੀਤੀ ਜਾਵੇ, ਕਿਹੜੇ ਕਿਹੜੇ ਏਜੰਡੇ ਨੇ, ਮੁੱਦੇ ਕੀ ਨੇ ਅਕਾਲੀ ਦਲ ਦੇ? ਮੁੱਦੇ ਤਾਂ ਹੁਣ ਜੇ ਕਹੀਏ ਤਾਂ ਮੁੱਦੇ ਨੇ ਜੋ ਕੰਮ ਸ਼੍ਰੋਮਣੀ ਅਕਾਲੀ ਦਲ ਨੇ ਕੀਤੇ ਨੇ, ਮੇਰਾ ਖਿਆਲ ਹੈ ਵੀ ਰਿਕਾਰਡ ਹੈ। ਜਿਹੜੇ ਕੰਮ ਕਦੇ ਸਰਕਾਰਾਂ ਨੇ ਸੋਚੇ ਵੀ ਨਹੀਂ ਸੀ ਕਿ ਇਹ ਕੰਮ ਸਰਕਾਰਾਂ ਦੇ ਹੁੰਦੇ ਨੇ। ਆ ਅਸੀਂ ਪਿੰਡਾਂ ਦੇ ਵਿੱਚ, ਮੇਰਾ ਖਿਆਲ ਹੈ ਵੀ ਕੋਈ ਪਿੰਡ ਇਹੋ ਜਿਹਾ ਨਹੀਂ ਛੱਡਿਆ ਜਿੱਥੇ ਬੈਂਚ ਨਾ ਰੱਖੇ ਹੁਣ ਬੈਠਣ ਦੇ ਲਈ, ਤਾਂ ਕਿ ਸਾਡੇ ਬਜ਼ੁਰਗ ਬੈਠ ਕੇ ਉਹਨਾਂ 'ਤੇ ਗੱਲਾਂ ਕਰ ਸਕਣ। ਧਾਰਮਿਕ ਯਾਤਰਾਵਾਂ, ਚਾਹੇ ਸ਼੍ਰੀ ਦਰਬਾਰ ਸਾਹਿਬ ਦੀ ਗੱਲ ਕਰ ਲਈਏ, ਸ਼੍ਰੀ ਹਜ਼ੂਰ ਸਾਹਿਬ ਦੀ ਗੱਲ ਕਰ ਲਈਏ, ਹਰ ਧਰਮ ਦੇ ਅਸੀਂ ਜਗ੍ਹਾ ਦੇ ਉੱਤੇ ਗਏ ਹਾਂ। ਇਹ ਮੇਰਾ ਖਿਆਲ ਹੈ ਵੀ ਪਹਿਲੀ ਵਾਰ ਹੋਇਆ। ਜੇ ਡਿਵੈਲਪਮੈਂਟ ਦੀ ਗੱਲ ਕਰ ਲਈਏ, ਆ ਜਿਹੜੀਆਂ ਸੜਕਾਂ ਦੇ ਉੱਤੇ ਆਪਾਂ ਜੀਰਕਪੁਰ ਤੋਂ ਚੱਲ ਪਈਏ, ਬਠਿੰਡੇ ਤੱਕ ਨਾ ਕਿਤੇ ਪਟਿਆਲਾ ਆਉਂਦਾ, ਨਾ ਕਿਤੇ ਬਨੂੜ ਆਉਂਦਾ, ਨਾ ਕਿਤੇ ਸੰਗਰੂਰ ਆਉਂਦਾ, ਨਾ ਬਰਨਾਲਾ ਆਉਂਦਾ, ਨਾ ਰਾਮਪੁਰਾ ਫੂਲ ਆਉਂਦਾ, ਤੁਸੀਂ ਸਿੱਧੇ ਨੌਨ ਸਟਾਪ ਪਹੁੰਚ ਜਾਂਦੇ ਹੋ। ਅਹੀਆਂ ਜਾਂ ਘੱਟੋ ਘੱਟ 45 ਸੜਕਾਂ ਸਾਡੀ ਸਰਕਾਰ ਨੇ ਬਣਾਈਆਂ ਨੇ। ਅਤੇ ਜੇ ਬਿਜਲੀ ਦੀ ਗੱਲ ਕਰ ਲਈਏ, ਜਦੋਂ ਅਸੀਂ ਅਨਾਊਂਸ ਕੀਤਾ ਸੀ ਕਿ ਅਸੀਂ ਬਿਜਲੀ ਇੰਨੀ ਪੈਦਾ ਕਰ ਦਾਂਗੇ ਕਿ ਬਿਜਲੀ ਸਰਪਲਸ ਹੋਜੂ, ਕੋਈ ਵਿਸ਼ਵਾਸ ਨਹੀਂ ਸੀ ਕਰਦਾ। ਪਰ ਅੱਜ ਜਦੋਂ ਬਿਜਲੀ ਸਰਪਲਸ ਹੋ ਗਈ, ਥਰਮਲ ਪਲਾਂਟ ਲੱਗ ਗਏ, ਤਾਂ ਲੋਕ ਹੁਣ ਵਿਸ਼ਵਾਸ ਵੀ ਕਰਦੇ ਨੇ। ਅਤੇ ਸਾਡੇ ਜੇ ਕੰਮਾਂ ਦੀ ਗਿਣਤੀ ਕਰੀਏ, ਯਾਦਗਾਰਾਂ ਦੀ ਗੱਲ ਕਰ ਲਈਏ, ਇਹ ਵੀ ਇੱਕ ਰਿਕਾਰਡ ਹੈ। ਸੋ ਗੱਲ ਬਹੁਤ ਲੰਮੀ ਹੋ ਜਾਂਦੀ ਜੇ ਆਪਾਂ ਗਿਣਤੀ ਮਿਣਤੀਆਂ 'ਚ ਪੈਣ ਲੱਗੀਏ। ਜੇਕਰ ਅਖੜਾ ਸਾਹਿਬ ਅਸੀਂ ਪਟਿਆਲਾ ਸੀਟ ਦੀ ਗੱਲ ਕਰੀ ਜਾਏ ਤਾਂ ਓਪੋਜੀਸ਼ਨ ਦੇ ਵਿੱਚ 2 ਉਮੀਦਵਾਰ ਖੜ੍ਹੇ ਹੋਏ ਨੇ, ਇੱਕ ਪ੍ਰਨੀਤ ਕੌਰ ਨੇ, ਇੱਕ ਡਾਕਟਰ ਧਰਮਵੀਰ ਗਾਂਧੀ। ਕਿਸ ਨੂੰ ਮਜ਼ਬੂਤ ਸਮਝਦੇ ਹੋ ਤੁਸੀਂ? ਦੇਖੋ, ਜੇ ਤਾਂ ਆਪਾਂ ਕੰਮਾਂ ਦੀ ਗੱਲ ਕਰ ਲਈਏ, ਫਿਰ ਤਾਂ ਸਾਡੇ ਅੱਗੇ ਕੋਈ ਮਜ਼ਬੂਤ ਕੈਂਡੀਡੇਟ ਹੈ ਹੀ ਨਹੀਂ। ਉਹਦਾ ਕਾਰਨ ਕੀ ਹੈ? ਮੈਂ ਨਹੀਂ ਕਹਿੰਦਾ ਕਿ ਕਾਂਗਰਸ ਨੂੰ 70 ਸੀਟਾਂ ਹੋਈਆਂ ਨੇ, 77 ਸੀਟਾਂ ਆਈਆਂ ਨੇ, ਅਤੇ ਸਾਡੀਆਂ ਸੀਟਾਂ ਬਹੁਤ ਘੱਟ ਆਈਆਂ ਨੇ। ਇਹਦਾ ਰੀਜ਼ਨ ਕੀ ਹੈ? ਆਪਾਂ ਇੱਕ ਸੋਚ ਕੇ ਦੇਖੀਏ ਕਿ ਇੰਨੇ ਜ਼ਿਆਦਾ ਕੰਮ ਕਰਨ ਦੇ ਬਾਵਜੂਦ ਵੀ ਸਾਡੀਆਂ ਸੀਟਾਂ ਘੱਟ ਕਿਉਂ ਆਈਆਂ ਨੇ? ਕਾਂਗਰਸ ਸਰਕਾਰ ਨੇ ਲਾਲਚ ਐਡੇ ਵੱਡੇ ਦੇ ਤੇ, ਜੇ ਮੈਂ ਵੀ ਹੋਵਾਂ ਸ਼ਾਇਦ ਮੈਂ ਵੀ ਅੱਗੇ ਉੱਥੇ ਪਿਘਲ ਜਾਂ ਕਿ ਤੇਰਾ ਜਿੰਨਾ ਵੀ ਕਰਜ਼ਾ ਹੈ ਉਹ ਮੈਂ ਦਊਂਗਾ, ਮੇਰੀ ਸਰਕਾਰ ਦਊਗੀ, ਤੁਹਾਨੂੰ ਭਰਨ ਦੀ ਲੋੜ ਨਹੀਂ। ਚਾਹੇ ਉਹ ਕਰਜ਼ਾ ਆੜ੍ਹਤੀਆਂ ਦਾ ਹੋਵੇ, ਚਾਹੇ ਉਹ ਕਰਜ਼ਾ ਕਮਰਸ਼ੀਅਲ ਬੈਂਕ ਦਾ ਹੋਵੇ, ਚਾਹੇ ਉਹ ਕਰਜ਼ਾ ਕੋਪਰੇਟ ਬੈਂਕ ਦਾ ਹੋਵੇ। ਜਦੋਂ ਐਡਾ ਵੱਡਾ ਵਿਸ਼ਵਾਸ ਹੋ ਜਾਏ, ਆਪਾਂ ਗੁਟਕਾ ਸਾਹਿਬ ਦੇ ਉੱਤੇ ਹੱਥ ਰੱਖ ਕੇ ਕਹਿ ਦਈਏ, ਸਹੁੰ ਖਾ ਕੇ ਕਹਿ ਦਈਏ, ਮੇਰਾ ਖਿਆਲ ਹੈ ਵੀ ਕਿਸੇ ਨੇ 50 ਲੱਖ ਵੀ ਕਿਸੇ ਦਾ ਦੇਣਾ ਹੋਵੇ ਨਾ, ਜੇ ਆਪਾਂ ਸਹੁੰ ਖਾ ਕੇ ਕਹਿ ਦਈਏ ਮੈਂ ਦੇਣਾ ਨਹੀਂ, ਲੋਕ ਇੰਨੇ 'ਚ ਵਿਸ਼ਵਾਸ ਕਰ ਲੈਂਦੇ ਨੇ। ਇਹ ਤਾਂ ਕੈਪਟਨ ਸਾਹਿਬ ਦਾ ਐਡੇ ਵੱਡੇ ਵਿਸ਼ਵਾਸ ਦੇ ਨਾਲ ਕਹਿਣਾ ਅਤੇ ਸਹੁੰ ਖਾ ਕੇ ਕਹਿਣਾ ਲੋਕਾਂ ਨੇ ਵਿਸ਼ਵਾਸ ਕਰ ਲਿਆ।
ਫਿਰ ਦੂਜਾ ਵਜ਼ਨ ਕੀ ਹੈ ਹਰ ਬੰਦੇ ਦੇ ਉੱਤੇ ਕਿ ਮੇਰਾ ਬੇਟਾ ਮੇਰੀ ਬੇਟੀ ਘਰ ਬੈਠੇ ਨੇ ਨੌਕਰੀ ਚਾਹੀਦੀ ਹੈ, ਉਹ ਵੀ ਜੇ ਸਰਕਾਰੀ ਨੌਕਰੀ ਮਿਲ ਜਾਵੇ ਤਾਂ ਉਹਦੇ ਵਰਗੀ ਹਿੱਸੇ ਕੋਈ ਨਹੀਂ। ਕੈਪਟਨ ਸਾਹਿਬ ਨੇ ਕਿਹਾ ਕਿ ਮੈਂ ਸਰਕਾਰੀ ਨੌਕਰੀ ਹਰ ਘਰ ਦੇ ਵਿੱਚ ਲੈ ਕੇ ਦਊਂਗਾ। ਜੇ ਕਿਸੇ ਬਜ਼ੁਰਗ ਨੇ ਕਹਿਤਾ ਕਿ ਮੇਰੇ ਦੋ ਬੇਟੇ ਨੇ ਜਾਂ ਇੱਕ ਬੇਟਾ ਇੱਕ ਬੇਟੀ ਹੈ, ਦੋਹਾਂ ਨੂੰ ਦੇ ਦਿਉ, ਨਾ ਵੀ ਨਾ, ਐਂ ਨਹੀਂ ਹੋਣਾ, ਨੌਕਰੀ ਤਾਂ ਅਸੀਂ ਇੱਕੇ ਦੇਣੀ ਹੈ। ਉਹ ਲੋਕਾਂ ਨੂੰ ਇੰਨਾ ਵਿਸ਼ਵਾਸ ਹੋ ਗਿਆ ਕਿ ਇਹ ਤਾਂ 100% ਸੱਚੀ ਗੱਲ ਕਰਦੇ ਨੇ। ਉਹਨਾਂ ਦੇ ਫਾਰਮ ਭਰੇ ਗਏ, ਫਾਰਮ ਭਰ ਕੇ ਫਿਰ ਉਹਨਾਂ ਨੂੰ ਟੈਲੀਫੋਨ ਹੋਏ ਕਿ ਯਾਰ ਤੇਰੀ ਕਰਜ਼ਾ ਵੀ ਤੇਰਾ ਮਾਫ਼, ਤੇਰੀ ਨੌਕਰੀ ਵੀ ਪੱਕੀ, ਹੁਣ ਤੁਹਾਡੀ ਵੋਟ ਵੀ ਪੱਕੀ ਹੈ ਕਿ ਨਹੀਂ ਪੱਕੀ। ਹਰ ਬੰਦੇ ਦਾ ਕਿਹਾ ਜਾ ਰਿਹਾ ਐਡੀ ਬੜੀ ਗੱਲ ਕਰਤੀ ਤਾਂ ਇਦੋਂ ਵੱਧ ਕੀ ਹੋਊਗਾ। ਕਿਹੜਾ ਵਰਗ ਹੈ ਜਿਹਦੇ ਹੱਕ 'ਚ ਗੱਲ ਨਹੀਂ ਕੀਤੀ? ਇਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਚੀਫ ਮਿਨਿਸਟਰ ਸਾਹਿਬ ਪ੍ਰਕਾਸ਼ ਸਿੰਘ ਬਾਦਲ ਤੁਹਾਨੂੰ 500 ਰੁਪਈਆ ਪੈਨਸ਼ਨ ਦਿੰਦੇ ਨੇ, ਅਸੀਂ ਤੁਹਾਨੂੰ 2500 ਰੁਪਈਆ ਪੈਨਸ਼ਨ ਦੇਵਾਂਗੇ। ਹਰ ਵਰਗ ਦੇ ਮਨ ਦੇ ਵਿੱਚ ਆ ਜਾਂਦਾ ਕਿ ਯਾਰ 2500 ਰੁਪਈਆ ਬਹੁਤ ਬੜੀ ਗੱਲ ਹੈ। ਅਤੇ ਫਿਰ ਸਗਨ ਸਕੀਮ ਦੀ ਗੱਲ ਸੀ, ਇਹ ਵੀ ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਕੀਤੀ ਸੀ, ਪੈਨਸ਼ਨ ਵੀ ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਕੀਤੀ ਸੀ। ਉਹਨਾਂ ਨੂੰ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੁਹਾਨੂੰ ਅੱਜ 15000 ਰੁਪਈਆ ਪੈਨਸ਼ਨ ਦਿੰਦਾ, ਅਸੀਂ 51000 ਰੁਪਈਆ ਪੈਨਸ਼ਨ ਦੇਵਾਂਗੇ। ਅਤੇ ਉਹਦੇ ਮਨਾਂ ਦੇ ਵਿੱਚ ਵੀ ਆ ਗਿਆ, ਸਾਡੇ ਯੰਗ ਨੌਜਵਾਨ ਮੁੰਡੇ ਸੀ, ਕਿ ਤੁਹਾਨੂੰ ਅਸੀਂ ਸਮਾਰਟ ਫੋਨ ਲੈ ਕੇ ਦੇਵਾਂਗੇ। ਅਤੇ ਜਿੱਦੇ ਸਰਕਾਰ ਬਣ ਗਈ ਉਹਦੇ 'ਤੇ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਉਹ ਮੇਰੇ ਕਹਿਣ ਦੀ ਲੋੜ ਨਹੀਂ, ਹਰ ਬੱਚੇ ਬੱਚੇ ਨੂੰ ਪਤਾ। ਕਾਂਗਰਸ ਹੁਣ ਵੀ ਦਾਅਵਾ ਕਰ ਰਹੀ ਹੈ, ਕਹਿੰਦੀ ਸਾਰੀ ਦੀ ਸਾਰੀ ਸੀਟਾਂ ਅਸੀਂ ਜਿੱਤਾਂਗੇ। ਦੇਖੋ ਇਹ ਗੱਲ ਤਾਂ ਮੈਂ ਵੀ ਪੜ੍ਹਦਾ ਅਖਬਾਰਾਂ ਦੇ ਵਿੱਚ, ਮੈਂ ਵੀ ਦੇਖਦਾ, ਕਹਿ ਰਹੇ ਨੇ ਕਿ 13 ਤੇ 13 ਸੀਟਾਂ ਜਿੱਤਣਗੇ। ਕਿ ਉਹ ਲੋਕਾਂ ਕੋਲ ਜਦੋਂ ਜਾਣਗੇ ਉਹ ਕਹਿਣਗੇ ਸਾਡਾ ਆੜ੍ਹਤੀਆਂ ਦਾ ਕਰਜ਼ਾ ਮਾਫ਼ ਕਰਤਾ, ਉਹ ਕਹਿਣਗੇ ਤੁਹਾਡਾ ਅਸੀਂ ਕਮਰਸ਼ੀਅਲ ਬੈਂਕ ਦਾ ਕਰਜ਼ਾ ਮਾਫ਼ ਕਰਤਾ, ਉਹ ਕਹਿਣਗੇ ਤੁਹਾਡਾ ਕੋਪਰੇਟਿਵ ਦਾ ਅਸੀਂ ਸਾਰਾ ਕਰਜ਼ਾ ਮਾਫ਼ ਕਰਤਾ, ਅਸੀਂ ਹਰ ਘਰ ਦੇ ਵਿੱਚ ਨੌਕਰੀ ਦੇਤੀ ਤੁਹਾਨੂੰ, ਸਰਕਾਰੀ ਨੌਕਰੀ ਦੇਤੀ। ਉਹ ਕਹਿਣਗੇ ਅਸੀਂ 2500 ਰੁਪਈਆ ਪੈਨਸ਼ਨ ਕਰਤੀ, ਉਹ ਕਹਿਣਗੇ ਅਸੀਂ 5100 ਰੁਪਈਆ ਸੰਗ ਦੇ ਰਹੇ ਹਾਂ। ਉਹਨਾਂ ਨੇ ਕੀਤਾ ਕੀ ਹੈ ਕਿ ਆਟੇ ਦਾਲ ਦੇ ਕਾਰਡ ਕੱਟ ਦਿਓ, ਸਰਪੰਚੀਆਂ ਦੇ ਵਿੱਚ ਧੱਕਾ ਕਰ ਦਿਓ, ਸ਼ਾਮ ਨੂੰ ਕੈਂਡੀਡੇਟ ਜਿੱਤਿਆ ਹੁੰਦਾ ਸਵੇਰ ਨੂੰ ਹਰਾ ਦਿਓ, ਬਲਾਕ ਸੰਮਤੀ ਦੇ ਵਿੱਚ ਜ਼ਿਲ੍ਹਾ ਪਰਿਸ਼ਦ ਦੇ ਵਿੱਚ ਜੋ ਧੱਕਾ ਹੋਇਆ। ਇਹ ਮੇਰੇ ਕਹਿਣ ਦੀ ਗੱਲ ਨਹੀਂ, ਇਹ ਲੋਕਾਂ ਨੇ ਆਪਣੇ ਪਿੰਡੇ ਦੇ ਉੱਤੇ ਗੱਲਾਂ ਹੰਢਾਈਆਂ ਨੇ, ਲੋਕ ਸਾਰੀਆਂ ਜਾਣਦੇ ਨੇ। ਸੋ ਇੱਥੋਂ ਪਤਾ ਲੱਗੂਗਾ, ਦੇਖੋ ਟਾਈਮ ਆਊਗਾ, ਟਾਈਮ ਤੋਂ ਪਹਿਲਾਂ ਕੋਈ ਗੱਲ ਵੀ ਕਹਿਣੀ ਬਹੁਤ ਔਖੀ ਹੁੰਦੀ ਹੈ। ਜੋ ਇਹਨਾਂ ਨੇ ਸਾਡੇ ਖਿਲਾਫ਼ ਪ੍ਰਾਪੋ ਕਿੰਨਾ ਕੀਤਾ ਉਦੋਂ ਇੱਕ ਵਾਰ ਤਾਂ ਲੋਕ ਗੱਲਾਂ 'ਚ ਆ ਜਾਂਦੇ ਨੇ, ਰੋਜ਼ ਥੋੜ੍ਹੋ ਗੱਲਾਂ ਦੇ ਵਿੱਚ ਆਉਂਦੇ ਨੇ। ਸੋ ਤੁਸੀਂ ਹੁਣ ਦੇਖੋਗੇ ਵੀ ਆਉਂਦੀ ਜਿਹੜੀ ਇਲੈਕਸ਼ਨ ਦੇ ਵਿੱਚ ਲੋਕ ਇਹਨਾਂ ਨੂੰ ਕਿੰਨਾ ਕਰਦੇ ਆ। ਮੈਂ ਕਹਾਂ ਕਿਸੇ ਦੇ ਖਿਲਾਫ਼ ਗੱਲ ਕਹਿਣੀ ਬਹੁਤ ਮਾੜੀ ਹੁੰਦੀ ਹੈ, ਪਰ ਜੋ ਕਰਪਸ਼ਨ ਦਾ ਅੱਜ ਹਾਲ ਹੋ ਰਿਹਾ, ਮੇਰਾ ਖਿਆਲ ਹੈ ਵੀ ਕਦੇ ਕਿਸੇ ਨੇ ਸੁਣਿਆ ਵੀ ਨਹੀਂ ਹੋਣਾ ਇੰਡੀ ਗੱਲ। ਸੋ ਇਹ ਲੋਕ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਦੱਸਣਗੇ ਵੀ ਕੀ ਹੋਣਾ। ਅਤੇ ਪੰਜਾਬ ਦੇ ਵਿੱਚ ਕਾਫ਼ੀ ਥਾਂ 'ਤੇ ਬਾਈਬਲ ਕਲਾ ਨੂੰ ਲੈ ਕੇ ਅਕਾਲੀ ਦਲ ਦਾ ਵਿਰੋਧ ਵੀ ਕੀਤਾ ਜਾ ਰਿਹਾ, ਲੱਗਦਾ ਤੁਹਾਨੂੰ ਕਿ ਇਸ ਦਾ ਵੀ ਫਰਕ ਪੈ ਸਕਦਾ ਇਹ ਚੋਣਾਂ ਦੇ ਵਿੱਚ? ਦੇਖੋ ਜਿੱਥੇ ਤੱਕ ਮੈਂ ਸਮਝਦਾ, ਕਰਨੀ ਤਾਂ ਗੁਰੂ ਮਹਾਰਾਜ ਨੂੰ, ਪਰਮਾਤਮਾ ਨੂੰ ਪਤਾ ਵੀ ਕੀ ਹੋਇਆ ਕੀ ਨਹੀਂ ਹੋਇਆ। ਕੋਈ ਬੰਦਾ ਆਪਣੇ ਜਿੱਥੇ ਰਾਜ ਕਰਦੇ ਹੋ ਕਿ ਕੈਪਟਨ ਸਾਹਿਬ ਚਾਹੁਣਗੇ ਕਿ ਕਿਤੇ ਕੋਈ ਬੇਅਦਬੀ ਹੋਵੇ, ਇਹ ਚਾਹੁਣਗੇ ਕਿ ਕਿਤੇ ਕੋਈ ਧੱਕੇ ਨਾਲ ਕੋਈ ਬੰਦੇ ਮਾਰ ਦਿਓ। ਹਰ ਬੰਦੇ ਦੀ ਕੋਸ਼ਿਸ਼ ਹੁੰਦੀ ਹੈ ਵੀ ਮੇਰੇ ਸੂਬੇ ਦੇ ਵਿੱਚ ਅਮਨ ਸ਼ਾਂਤੀ ਰਹੇ। ਇਹ ਉਹ ਬੰਦੇ ਨੇ ਜਿਨ੍ਹਾਂ ਨੇ ਸਾਡਾ ਵਿਰੋਧ ਹੀ ਕਰਨਾ ਹੈ, ਕੁਛ ਕਰ ਦਈਏ। ਅੱਜ ਮੈਂ ਇੱਕ ਚੀਜ਼ ਜ਼ਰੂਰ ਪੁੱਛਣਾ ਚਾਹੁੰਦਾ ਕਿ ਜੋ 84 ਦੇ ਵਿੱਚ ਹੋਇਆ ਉਹ ਤੋਂ ਵੱਧ ਕੁਛ ਹੋ ਸਕਦਾ? ਅੱਜ ਕੋਈ ਗੱਲ ਕਰਦਾ? ਉਹ ਲੋਕ ਜਿਹੜੇ ਲੋਕ ਇਹ ਗੱਲ ਕਰਦੇ ਨੇ, ਕਦੇ ਉਹਨਾਂ ਨੇ ਕਿਹਾ ਕਿ ਜਗਦੀਸ਼ ਟਾਈਟਲ ਨੂੰ ਐਡੀ ਬੜੀ ਸਜ਼ਾ ਹੋ ਗਈ, ਕਿੰਨੇ ਲੋਕਾਂ ਨੂੰ ਫਾਂਸੀ ਵੀ ਹੋ ਗਈ, ਜਿਹੜੇ ਕੇਸ ਬੰਦ ਕੀਤੇ ਹੋਏ ਸੀ ਉਹ ਕੇਸ ਵੀ ਖੋਲ੍ਹਤੇ? ਮੈਨੂੰ ਇੱਕ ਬੰਦਾ ਦੱਸੋ ਇਹਨਾਂ ਜਿਹਨਾਂ ਕਿਹਾ ਵੀ ਜੀ ਅਸੀਂ ਧੰਨਵਾਦ ਕਰਦੇ ਹਾਂ ਸਾਡਾ ਕੰਮ ਹੋ ਗਿਆ। ਅਕਾਲੀ ਦਲ ਦਾ ਨਾ ਕਹਿਣ, ਬੀਜੇਪੀ ਦਾ ਕਹਿਣ, ਬੀਜੇਪੀ ਦਾ ਨਾ ਕਹਿਣ, ਕੋਰਟ ਦਾ ਕਹਿਣ। ਮੈਂ ਪੁੱਛਣਾ ਚਾਹੁੰਦਾ ਵੀ ਇਹ ਗੱਲ ਕਦੇ ਕੀਤੀ ਇਹਨਾਂ ਨੇ? ਜਿਹੜਾ ਕੁਛ ਸਾਡੇ ਦਰਬਾਰ ਸਾਹਿਬ ਦੇ ਉੱਤੇ ਹੋਇਆ ਜਾਂ ਸਾਡੇ ਲੋਕਾਂ ਦੇ ਨਾਲ ਹੋਇਆ ਜਾਂ ਸਾਡੀਆਂ ਭੈਣਾਂ ਦੇ ਨਾਲ ਹੋਇਆ, ਕਦੇ ਇਹਨਾਂ ਨੇ ਕੋਈ ਗੱਲ ਕੀਤੀ ਹੈ? ਆਪਾਂ ਨੂੰ ਇਹ ਗੱਲ ਜ਼ਰੂਰ ਸੋਚਣੀ ਚਾਹੀਦੀ ਹੈ ਕਿ ਜਿੱਥੇ ਮੈਂ ਕਹਿੰਦਾ ਸਾਡੀ ਗੱਲ ਕਰਨ ਵੀ ਚਲੋ ਸਭ ਤੋਂ ਗਲਤੀਆਂ ਹੋਈਆਂ ਹੋਣਗੀਆਂ, ਮੈਂ ਨਹੀਂ ਕਹਿੰਦਾ ਕੋਈ ਸੱਤੇ ਕਲਾ ਸਬੂਰਨ ਹੁੰਦਾ, ਗਲਤੀਆਂ ਬੰਦਿਆਂ ਤੋਂ ਹੁੰਦੀਆਂ ਨੇ, ਇਨਸਾਨਾਂ ਤੋਂ ਹੋ ਜਾਂਦੀਆਂ ਨੇ। ਪਰ ਆਪਾਂ ਇਹਨਾਂ ਦੇ ਜੇ ਕੰਪੈਰੀਜ਼ਨ ਕਰੀਏ ਕਿ ਆਪਾਂ ਕਰਦੇ ਹਾਂ ਕਿ 84 ਦੇ ਬਰਾਬਰ ਉਹ ਆ ਗਏ। ਸੋ ਇਹ ਉਹ ਲੋਕ ਨੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਵਿਰੋਧਤਾ ਕਰਨੀ ਹੈ। ਟਕਸਾਲੀਆਂ ਦੀ ਜੇਕਰ ਗੱਲ ਕਰੀਏ, ਉਹਨਾਂ ਦੇ ਜਾਣ ਨਾਲ ਫਰਕ ਪੈ ਸਕਦਾ ਕੁਛ? ਦੇਖੋ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ, ਸਾਡੀ ਲੀਡਰਸ਼ਿਪ ਦੇ ਵਿੱਚ ਰਹੇ ਨੇ ਉਹ, ਕੀ ਹੋਇਆ ਕਿਵੇਂ ਭੜਕਾਏ ਨੇ ਉਹਨਾਂ ਨੂੰ, ਮੈਂ ਉਹ ਵੀ ਉਹਦੀ ਕੜੀ ਸਮਝਦਾ ਕਿ ਇਹਨਾਂ ਲੋਕਾਂ ਨੇ ਉਹਨਾਂ ਨੂੰ ਭੜਕਾਹਟ ਦੇ ਵਿੱਚ ਲਿਆਂਦਾ ਅਤੇ ਉਹ
ਨੁਕਸਾਨ ਤਾਂ ਹੁੰਦਾ ਹੈ, ਜੇ ਕੋਈ ਭਰਾ ਅੱਡ ਹੋਵੇ ਤਾਂ ਨੁਕਸਾਨ ਤਾਂ ਹੁੰਦਾ ਹੁੰਦਾ ਹੈ, ਮੈਂ ਨਹੀਂ ਕਹਿੰਦਾ ਕਿ ਨੁਕਸਾਨ ਨਹੀਂ ਹੁੰਦਾ ਹੈ, ਪਰ ਫਿਰ ਵੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਹੈ ਨਾ, ਜੋ ਕਾਂਗਰਸ ਦੀ ਕਾਰਗੁਜ਼ਾਰੀ ਹੈ, ਉਸ ਕਾਰਗੁਜ਼ਾਰੀ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਸੀਟਾਂ 13 ਦੇ 13 ਜਿਤਾਉਣੀਆਂ ਨੇ। ਓਪੋਜੀਸ਼ਨ ਦੀ ਜੇਕਰ ਗੱਲ ਕਰੀਏ, ਧਰਮਵੀਰ ਗਾਂਧੀ ਵੱਲੋਂ ਐਲੀਗੇਸ਼ਨ ਲਾਏ ਜਾ ਰਹੇ ਨੇ ਬੀਬੀ ਪ੍ਰਨੀਤ ਕੌਰ 'ਤੇ, ਕਹਿੰਦੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਜਿਹੜੀ ਸਰਕਾਰੀ ਪੈਸੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ, ਉਹਨਾਂ ਕੋਲ ਕੋਈ ਅਹੁਦਾ ਨਹੀਂ ਹੈਗਾ, ਬਾਵਜੂਦ ਉਸਦੇ ਉਹਨਾਂ ਵੱਲੋਂ ਜਿਹੜੇ ਪਿੰਡਾਂ ਦੇ ਵਿੱਚ ਚੈੱਕ ਵੰਡੇ ਜਾ ਰਹੇ ਨੇ। ਦੇਖੋ, ਇਹ 10 ਸਾਲ ਸਾਡਾ ਵਿਰੋਧ ਕਰਦੇ ਰਹੇ ਇਸ ਗੱਲ ਦੇ ਉੱਤੇ, ਪਰ ਅੱਜ ਉਹੀ ਗੱਲ ਆਪ ਕਰ ਰਹੇ ਨੇ। ਜਿਹੜਾ ਕੁਛ ਮੇਰਾ ਖਿਆਲ ਹੈ ਵੀ ਇਹਨਾਂ ਦੇ ਹਲਕਾ ਇੰਚਾਰਜ ਜਾਂ ਇਹਨਾਂ ਦੇ MLA ਜਾਂ ਚੈੱਕ ਵੰਡਣ ਦਾ ਕੰਮ, ਮੇਰਾ ਖਿਆਲ ਹੈ ਕੋਈ, ਪਹਿਲੀ ਗੱਲ ਤਾਂ ਇਹ ਹੈ ਵੀ ਇਹ ਉਹ ਪੈਸੇ ਵੰਡ ਰਹੇ ਨੇ ਜਿਹੜੇ ਸੈਂਟਰ ਸਰਕਾਰ ਨੇ ਭੇਜੇ ਨੇ। ਇਕੱਲੀ ਇਹੀ ਨਹੀਂ ਕਰ ਰਹੇ, ਅਸੀਂ ਫਾਰਮ ਭਰੇ, ਅਸੀਂ ਜਿਹੜੇ ਗਰੀਬ ਲੋਕ ਸੀ ਉਹਨਾਂ ਦੇ ਲਈ 1.5 ਲੱਖ ਰੁਪਇਆ ਸੈਂਟਰ ਗੌਰਮੈਂਟ ਤੋਂ ਮਨਜ਼ੂਰ ਕਰਵਾਇਆ, ਅਸੀਂ ਉਹਨਾਂ ਦੇ ਫਾਰਮ ਵੀ ਦਿੱਤੇ, ਪੈਸੇ ਆ ਗਏ, ਪੈਸੇ ਨੇ ਕਿਸੇ ਹੋਰ ਇੱਕ ਜਗ੍ਹਾ 'ਤੇ ਖਰਚ ਲਏ, ਪਤਾ ਨਹੀਂ ਕਿੱਥੇ ਖਰਚੇ ਕਿੱਥੇ ਨਹੀਂ ਖਰਚੇ, ਸਮਾਣੇ ਧਰਨੇ ਲੱਗੇ, ਨਾਭੇ ਧਰਨੇ ਲੱਗੇ, ਸਾਰੇ ਕੱਛੇ ਦੇ ਧਰਨੇ ਲੱਗੇ, ਫਿਰ ਅੱਜ ਕਿਤੇ ਜਾ ਕੇ ਪੈਸੇ ਪਾਉਣ ਲੱਗੇ ਨੇ। ਜਿਹੜੇ ਪੈਸੇ ਗਰੀਬ ਲੋਕਾਂ ਦੇ ਨੇ, ਜੇ ਉਹ ਵੀ ਇਹ ਖਰਚ ਲੈਣ ਤਾਂ ਇਹ ਤੋਂ ਮਾੜੀ ਗੱਲ ਕੀ ਹੋਊਗੀ। ਜਿਹੜੇ SC ਭਾਈਚਾਰਾ ਸਾਡੇ ਜਿਹੜੇ ਬੱਚੇ ਪੜ੍ਹਦੇ ਸੀ, ਅੱਜ ਉਹਨਾਂ ਦੇ ਸਕਾਲਰਸ਼ਿਪ ਖਤਮ ਕਰਤੇ, ਉਹਨਾਂ ਦੀਆਂ ਵਰਦੀਆਂ ਖਤਮ ਕਰਤੀਆਂ, ਇਹ ਤਾਂ ਬੰਦਿਆਂ ਨੂੰ ਮਾਰਨ ਲੱਗੇ ਹੋਏ ਨੇ। ਇੱਕੋ ਰੱਟ ਕਿ ਜੀ ਖਜ਼ਾਨਾ ਖਾਲੀ ਹੈ। ਮੈਨੂੰ ਦੱਸ ਦੇਣ ਕਿ ਕਿਹੜੇ ਘਰ ਦੇ ਵਿੱਚ ਕਿਹੜਾ ਕਿੰਨਾ ਬਚਤ ਕਰਕੇ ਰੱਖਦਾ, ਕਿਹੜੀ ਸਰਕਾਰ ਬਚਤ ਕਰਕੇ ਰੱਖਦੀ ਹੈ। ਹਰ ਸਾਲ ਟੈਕਸ ਆਉਂਦੇ ਲੱਗਦੇ ਨੇ, ਹਰ ਸਾਲ ਆਪਾਂ ਖਰਚ ਕਰਦੇ ਹਾਂ, ਪਰ ਇਹਨਾਂ ਦਾ ਤਾਂ ਇੱਕੋ ਹੀ ਹੈ। ਇੱਕ ਮੈਂ ਹੋਰ ਵੱਡੀ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਤੁਸੀਂ ਮਨਪ੍ਰੀਤ ਸਿੰਘ ਬਾਦਲ ਦਾ, ਜਦੋਂ ਸਾਡੀ 7 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ, ਅਤੇ ਉਦੋਂ ਸਾ ਮਨਪ੍ਰੀਤ ਸਿੰਘ ਬਾਦਲ ਫਾਈਨੈਂਸ ਮਿਨਿਸਟਰ ਸੀ, ਉਹਨੇ ਕੀ ਕਿਹਾ ਸੀ ਕਿ ਅਸੀਂ ਕੋਈ ਸਬਸਿਡੀ ਨਹੀਂ ਦੇ ਸਕਦੇ, ਸਾਰੀਆਂ ਸਬਸਿਡੀਆਂ ਬੰਦ ਕਰਾਂਗੇ, ਖਜ਼ਾਨਾ ਖਾਲੀ ਹੈ, ਖਜ਼ਾਨੇ ਦੇ ਵਿੱਚ ਕਾਂਗਰਸ ਨੇ ਇੱਕ ਪੈਸਾ ਨਹੀਂ ਛੱਡਿਆ, ਨਾ ਸਰਕਾਰ ਚੱਲ ਸਕਦੀ ਹੈ, ਅਸੀਂ ਬਹੁਤ ਔਖੇ ਹਾਂ। ਇਹ ਤਾਂ ਸਾ ਪ੍ਰਕਾਸ਼ ਸਿੰਘ ਬਾਦਲ ਜਿਹੜੇ ਉਦੋਂ ਮੁੱਖ ਮੰਤਰੀ ਸੀ, ਉਹਨਾਂ ਨੇ ਕਿਹਾ ਕਿ ਨਹੀਂ, ਮੈਂ ਲੋਕਾਂ ਦੇ ਨਾਲ ਵਾਅਦਾ ਕਰਕੇ ਆਇਆ, ਮੈਂ ਇਹਦੇ ਨਾਲ ਆਟਾ ਦਾਲ ਵੀ ਜੋੜਨਾ ਹੈ, ਆ ਨਾਲ ਦੀ ਨਾਲ ਸ਼ੁਰੂ ਕਰਨਾ, ਮੈਂ ਕੋਈ ਸਕੀਮ ਬੰਦ ਨਹੀਂ ਕਰਨੀ, ਬੰਦ ਕਰਨ ਦੀ ਗੱਲ ਕਰੋਗੇ ਮੇਰੇ ਨਾਲ ਧੱਕਾ ਕਰੋਗੇ, ਮੈਂ ਸਰਕਾਰ ਤੋਂ ਰਿਜ਼ਾਈਨ ਕਰੂੰਗਾ, ਮੈਂ ਸਰਕਾਰ ਤੁਹਾਨੂੰ ਦੁਬਾਰਾ ਇਲੈਕਸ਼ਨ ਲੜ ਕੇ ਜਾਵਾਂਗਾ ਲੋਕਾਂ ਦੇ ਵਿੱਚ। ਫਿਰ ਇਹ ਸਕੀਮਾਂ ਚੱਲੀਆਂ ਸੀ, ਉਹੀ ਅੱਜ ਮਨਪ੍ਰੀਤ ਫਾਈਨੈਂਸ ਮਿਨਿਸਟਰ ਹੈ, ਅੱਜ ਕਹਿ ਰਿਹਾ ਕਿ ਅਕਾਲੀ ਦਲ ਨੇ ਖਜ਼ਾਨਾ ਖਾਲੀ ਕਰਤਾ, ਭਾਰਤੀ ਜਨਤਾ ਪਾਰਟੀ ਸਰਕਾਰ ਨੇ ਖਜ਼ਾਨਾ ਖਾਲੀ ਕਰਤਾ। ਸੋ ਕਈ ਲੋਕਾਂ ਦੀਆਂ ਗੱਲਾਂ ਬਿਲਕੁਲ ਇੰਨ ਬਿੰਨ ਉਹੀ ਹੁੰਦੀਆਂ ਨੇ ਜਿਹੜੀਆਂ ਤੁਸੀਂ ਸਿੱਧੂ ਸਾਹਿਬ ਨੇ, ਜੋ ਪਹਿਲਾਂ BJP ਸੀ, ਜੋ ਕਾਂਗਰਸ ਨੂੰ ਕਹਿੰਦੇ ਸੀ, ਅੱਜ ਉਹ BJP ਨੂੰ ਕਹਿੰਦੇ ਨੇ। ਸੋ ਹਰ ਬੰਦੇ ਨੂੰ ਗੱਲ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਹੈ, ਇੱਜ਼ਤ ਮਾਣ ਨਾਲ ਗੱਲ ਕਰਨੀ ਚਾਹੀਦੀ। ਮੈਂ ਇਸ ਗੱਲ ਦੇ 100% ਹੱਕ 'ਚ ਹਾਂ ਕਿ ਚਾਹੇ ਕੋਈ ਸਾਡੀ ਪਾਰਟੀ ਦਾ ਹੋਵੇ, ਦੂਜੀ ਪਾਰਟੀ ਦਾ ਹੋਵੇ, ਇੱਜ਼ਤ ਮਾਣ ਦੇਣਾ। ਔਰ ਇਹ ਗੱਲ ਸੋਚ ਕੇ, ਕਿ ਕੱਲ੍ਹ ਮੈਂ ਕੀ ਕਹਿੰਦਾ ਸੀ, ਅੱਜ ਮੈਂ ਜੋ ਗੱਲਾਂ ਕਹਿ ਰਿਹਾ ਤਾਂ ਮੈਨੂੰ ਕੱਲ੍ਹ ਨੂੰ ਵੀ ਯਾਦ ਕਰਨੀਆਂ ਚਾਹੀਦੀਆਂ ਕਿ ਮੈਂ ਆਹ ਗੱਲਾਂ ਕਹੀਆਂ ਸੀ, ਉਸ ਗੱਲ ਦੇ ਉੱਤੇ ਖੜ੍ਹਨਾ ਚਾਹੀਦਾ। ਕੱਲ੍ਹ ਨੂੰ ਮੈਂ ਪਾਰਟੀ ਛੱਡ ਕੇ ਕਿਸੇ ਹੋਰ 'ਚ ਵਗ ਜਾਂ, ਮੈਂ ਕਹਾਂ ਜੀ ਅਕਾਲੀ ਦਲ ਬਹੁਤ ਮਾੜਾ ਹੈ, ਭਾਰਤੀ ਜਨਤਾ ਪਾਰਟੀ ਬਹੁਤ ਮਾੜੀ ਹੈ, ਕਿੰਨੇ ਕੁ ਲੋਕ ਗੱਲ ਸੁਣਨਗੇ? ਕਿਸੇ ਹੱਦ ਦੇ ਵਿੱਚ ਲੋਕ ਅੱਜ ਬਹੁਤ ਸਿਆਣੇ ਹੋ ਗਏ, ਮੇਰਾ ਖਿਆਲ ਹੈ ਵੀ 950 ਗੁਣਾ ਵੱਧ ਲੋਕ ਸਿਆਣੇ ਨੇ, ਹਰ ਗੱਲ ਦਾ ਵਜ਼ਨ ਦੇਖਦੇ ਨੇ ਵੀ ਕਿੱਡੀ ਗੱਲ ਹੈ, ਕੌਣ ਕਹਿ ਰਿਹਾ, ਕੀ ਕਹਿ ਰਿਹਾ, ਕੱਲ੍ਹ ਕੀ ਕਹਿ ਰਿਹਾ ਸੀ, ਇਹ ਗੱਲ ਨੂੰ ਸਾਰੀਆਂ ਲੋਕ ਭਾਪ ਰਹੇ ਨੇ। ਅਤੇ ਤੁਸੀਂ ਮੰਨਦੇ ਹੋ ਕਿ ਇਹ ਚੋਣਾਂ ਦੇ ਵਿੱਚ ਜਿੱਤ ਅਕਾਲੀ ਦਲ ਦੀ ਹੋਵੇਗੀ? 100% ਮੰਨਦਾ। ਤੁਸੀਂ ਕਿਤੇ ਆਪ ਜਾ ਕੇ ਤਾਂ ਦੇਖੋ ਲੋਕਾਂ ਦੇ ਵਿੱਚ ਕੀ, ਲੋਕਾਂ ਦਾ ਹਾਲ ਕਰਿਆ ਹੋਇਆ, ਲੋਕ ਕੀ ਚਾਹੁੰਦੇ ਨੇ। ਅਤੇ ਦੇਖੋ, ਲੋਕ ਇੱਜ਼ਤ ਮਾਣ ਤਾਂ ਹਰ ਬੰਦਾ ਚਾਹੁੰਦਾ। ਮੈਂ ਕਹਿੰਦਾ ਕਿਸੇ ਨੂੰ ਕੋਈ ਤਕੜਾ ਹੈ, ਕੋਈ ਮਾੜਾ ਹੈ, ਕੋਈ ਕਿਤੇ ਹੈ, ਪਰ ਇੱਜ਼ਤ ਮਾਣ ਤਾਂ ਹਰ ਚਾਹੁੰਦਾ। ਇੱਥੇ ਇੱਜ਼ਤ ਮਾਣ ਹੈ ਨਹੀਂ, ਅੱਜ ਤਾਂ ਕਾਂਗਰਸ ਵਾਲੇ ਚੀਕਾਂ ਮਾਰਦੇ ਨੇ, ਉਹ ਕਹਿੰਦੇ ਜੀ ਸਾਡੀ ਗੱਲ ਤਾਂ ਹੈ ਹੀ ਨਹੀਂ, ਤਾਂ ਪੈਸੇ ਦੇ ਕੇ ਜਿਹੜਾ ਮਰਜ਼ੀ ਕੰਮ ਕਰਾ ਲਓ ਇਹਨਾਂ ਤੋਂ। ਅਸੀਂ ਜਿਹਨਾਂ ਨੇ ਮਰ ਕੇ ਅਸੀਂ ਇੰਨੇ ਜ਼ੋਰ ਲਾਇਆ ਅਤੇ ਅਸੀਂ ਸਰਕਾਰ ਬਣਾਈ, ਅੱਜ ਕੀ ਹੁੰਦਾ ਹੈ ਕਿ ਜੀ ਤੁਸੀਂ ਜਾਂ ਤਾਂ ਸਿਰੋਪਾ ਪਵਾ ਲਓ ਜਾਂ ਫਿਰ ਤੁਸੀਂ ਪਰਚਾ ਕਰਵਾ ਲਓ, ਕੋਈ ਸੈਂਸ ਹੈ? ਕਿੰਨੇ ਪਰਚੇ ਮੈਂ ਦੱਸਦਾ, ਇਹਨਾਂ ਨੇ ਸਾਡਾ ਵੀ ਤਵਾ ਲਾਇਆ ਸੀ ਕਿ ਅਸੀਂ ਜੀ ਪਰਚੇ ਕਰਵਾਉਂਦੇ ਰਹੇ। ਇਹ ਦੱਸਣ ਕਿ ਚਲੋ ਹੋਰ ਨਾ ਛੱਡੋ, ਮੇਰੀ ਸਮਾਣਾ ਕੰਸਟੀਚੁਐਂਸੀ ਹੈ, ਇਹਨਾਂ ਨੇ ਜਿਹੜਾ ਕਮਿਸ਼ਨ ਬਣਾਇਆ ਉਹਦੇ 'ਚ ਕਿੰਨੇ ਪਰਚੇ ਕੈਂਸਲ ਕਰੇ ਨੇ? ਜਾਂ ਮੈਂ ਦੱਸਦਾ, 2 ਸਾਲ ਦੇ ਵਿੱਚ ਇਹਨਾਂ ਦੇ 307 ਦੇ ਪਰਚੇ ਹੋਏ ਵੇ, ਕਿੰਨੇ ਕੈਂਸਲ ਹੋਏ ਨੇ ਇਹਨਾਂ ਦੀ ਸਰਕਾਰ ਦੇ ਵਿੱਚ? ਅਸੀਂ ਕਹਿ ਕੇ ਕਰਵਾਏ ਨੇ, ਪ੍ਰੈਸ਼ਰ ਇੰਨਾ ਕਰਾਏ ਨੇ ਕਿ ਦੱਸੋ, ਜਿੱਥੇ ਕੋਈ ਲੜਾਈ ਨਹੀਂ ਹੋਈ, ਜਿੱਥੇ ਲੋਕ ਆਹਮਣੇ ਸਾਹਮਣੇ ਨਹੀਂ ਹੋਏ, ਉੱਥੇ ਤੁਸੀਂ ਅੱਧੇ ਪਿੰਡ ਦੇ ਉੱਤੇ 307 ਦਾ ਪਰਚਾ ਦਰਜ ਕਰ ਦਿਓ, ਕਿੱਡੀ ਜਸਟਿਸ ਵਾਲੀ ਗੱਲ ਹੈ? ਕੀ ਲੋਕ ਫਿਰ ਵੋਟਾਂ ਪਾਉਣਗੇ? ਇੱਕ ਬੰਦੇ ਦੇ ਕਹੇ 'ਤੇ, ਦੋ ਬੰਦਿਆਂ ਦੇ ਕਹੇ ਦੇ ਉੱਤੇ ਤੁਸੀਂ ਐਡੀ ਜਾਤੀ ਕਰ ਲਓ? ਔਰ ਮੈਨੂੰ ਪਤਾ ਵੀ ਸਾਨੂੰ ਕਿੰਨਾ ਕੁਛ ਕਰਨਾ ਪਿਆ,
ਕਿੰਨੇ ਧਰਨੇ ਲੱਗਦੇ ਨੇ, ਟੀਚਰਾਂ ਦੀ ਗੱਲ ਦੇਖ ਲਓ। ਕਦੇ ਜ਼ਿੰਦਗੀ ਸੋਚ ਕੇ ਦੇਖੋ ਵੀ ਜਿਹੜੇ ਜੇ ਤੁਸੀਂ ਕਿਸੇ ਨੂੰ ਜੋ ਪੈਸੇ ਦੇ ਤੇ, ਮੈਂ ਕਹਿੰਦਾ ਘੱਟ ਦੇ ਤੇ ਚਾਹੇ ਵੱਧ ਦੇ ਤੇ, ਵੀ ਉਦੋਂ ਤੁਸੀਂ ਕਹੋ ਵੀ ਯਾਰ ਤੈਨੂੰ ਅਸੀਂ ਕੱਲ੍ਹ ਤਾਂ ਦਿੰਦੇ ਸੀ 50,000 ਰੁਪਇਆ, ਅੱਜ ਤਿੰਨ ਦਿਨ 15,000 ਰੁਪਇਆ, ਕੋਈ ਵਿਸ਼ਵਾਸ ਕਰੂਗਾ? ਔਰ ਫਿਰ ਇੱਥੇ ਬਸ ਨਹੀਂ, ਜਿਹੜੀ ਉਹਨਾਂ ਦੀ ਕੁੱਟਮਾਰ ਹੋਈ ਹੈ, ਜੋ ਤੁਸੀਂ ਦੇਖ ਰਹੇ ਹੋ ਰੋਜ਼ ਕੀ ਕੁਹਾਲ ਹੋ ਰਿਹਾ, ਔਰ ਨਰਸਾਂ ਨੇ ਵੀ ਛਾਲਾਂ ਮਾਰਤੀਆਂ। ਸੋ ਇੱਕ ਗੱਲ ਨਹੀਂ, ਮੈਂ ਕਹਿੰਦਾ ਤੁਸੀਂ ਕਰ ਸਕਦੇ ਹੋ ਨਹੀਂ ਕਰ ਸਕਦੇ, ਘੱਟੋ ਘੱਟ ਬੁਲਾਓ ਤਾਂ ਸਹੀ, ਗੱਲ ਕਰੋ, ਸਮਝਾਓ ਵੀ ਬੇਟੇ ਆਹ ਗੱਲ ਇਸ ਤਰ੍ਹਾਂ ਨਹੀਂ ਹੋ ਸਕਦੀ, ਸਾਡੀ ਮਜਬੂਰੀ ਹੈ, ਆਹ ਅੜਚਣ ਹੈ, ਅੜਚਣ ਦੂਰ ਹੋ ਜੂਗੀ, 1-2 ਸਾਲ ਤੱਕ ਅਸੀਂ ਕੰਮ ਕਰ ਦਾਂਗੇ। ਇਹ ਕਿਸੇ ਨਾਲ ਗੱਲ ਹੀ ਨਹੀਂ ਕਰਦੇ, ਪੰਚਾਇਤਾਂ ਨੇ ਧਰਨੇ ਲਾਏ ਉੱਥੇ ਨਹੀਂ ਕੋਈ ਬੁਲਾਇਆ, ਟੀਚਰਾਂ ਨੇ ਧਰਨੇ ਲਾਏ ਉੱਥੇ ਨਹੀਂ ਕੋਈ ਬੁਲਾਇਆ, ਨਰਸਾਂ ਨੇ ਧਰਨੇ ਲਾਏ ਉੱਥੇ ਨਹੀਂ ਕੋਈ ਬੁਲਾਇਆ। ਇਹ ਸਰਕਾਰ ਨਾਲ ਦੀ ਕੋਈ ਚੀਜ਼ ਹੈ ਨਹੀਂ, ਇਹ ਤਾਂ ਸਿਰਫ ਅਤੇ ਸਿਰਫ ਬੈਠ ਕੇ ਕਰਪਸ਼ਨ ਤੋਂ ਵੱਡੀ ਗੱਲ, ਇਹਨਾਂ ਕੋਲ ਹੋਰ ਕੋਈ ਹੈ ਨਹੀਂ। ਸੋ ਇਹ ਸਨ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਜਿਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਵੱਲੋਂ ਸੱਤਾ 'ਚ ਆਉਣ ਤੋਂ ਪਹਿਲਾਂ ਕਾਫੀ ਵਾਅਦੇ ਕੀਤੇ ਗਏ ਸੀ ਪਰ ਉਹ ਵਾਅਦਿਆਂ 'ਤੇ ਖਰੇ ਨਹੀਂ ਉਤਰੇ। ਲੋਕ ਸਿਆਣੇ ਨੇ, ਲੋਕ ਸਮਝਦਾਰ ਨੇ ਅਤੇ ਲੋਕ ਆਉਣ ਵਾਲੀ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾ ਕੇ ਜਿਤਾਉਣਗੇ। ਅਮਨਦੀਪ ਸਿੰਘ, ਅਜੀਤ ਵੈਬ ਟੀ ਵੀ, ਪਟਿਆਲਾ।